जुगनी रही दिली दे नेड़े नवंबर दे दोषी सी जेड़े ते पाए लंत मगन दे गेड़े अर्चन दास से कम नबेड़े वीर मेरे आ जुगनी हीरे दी सुखदेव सिंह सखीरे दी और जुगनी मौके विच जा ठहरी तड़के उठ के बड़ी कचहरी ओ लिखती जरदोशक दी डहरी जो सी गुरसिखां दा वैरी वीर मेरे आ जुगनी जंट दी बुद्ध सिंह वाले गुर जंट दी ओ जुगनी बुक दे मूहरे बुके ना ही किसे रोकिया रुके ओ पौने 6 करोड़ सी लुटे पर बोरिया नोट सी चुके जुगनी ने मारिया जादूआ हुण नोटा विच भी बादूआ जुगनी करे ब्राह्मणा ठहर ठहर के करे बराबर जुगनी करे बराबर फैर करात चार जीप दे टैर ओ वीर मेरे आ जुगनी ब्रह्मे दी अवतार से सूरे जम्मे दी वाहिगुरु जी का खालसा वाहिगुरु जी ਦੀਪਾਵਲੀ ਗੁਰਦਾ ਨਿਰਮਾਣੀ ਨੂੰ ਖਾਲਸਾ ਸਾਸਨ ਦਿਓ ਕਰੋ ਕਿਰਪਾ ਦਿਓ ਸੀ ਸਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੋ ਹਮਰੀ ਵਿਦੋਤੀ ਮੇਰੇ ਸਤਿਗੁਰਾਂ ਸਾਧ ਤੋਂ ਮਹਾਰਾਜ ਜਾਣ ਵਾਪੀ ਹਮ ਭੁਗਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋ ਸੰਤਾਪੇ ਗੁਰੂ ਸਾਹਿਬ ਜੀਓ ਪਾਤਸ਼ਾਹ ਜੀ ਨੇ ਜਿਹੜਾ ਇਹ ਕਾਰਜ ਆਪ ਆਰੰਭ ਕਰਾਇਆ ਸੀ 35-40 ਦੇ ਲੰਘ ਛੱਡ ਕੇ ਸਾਡੀ ਸਪੈਂਟ ਹੋ ਗਈ ਸੀ ਫਿਰ ਵਿੱਚ ਜਿਹੜਾ ਕਰੋਨਾ ਕਾਲ ਆ ਗਿਆ ਅਤੇ ਕੁਝ ਬੱਚੇ ਜਿਹੜੇ ਕਿ ਸਕੂਲ ਜਾਂਦੇ ਆ ਇਸ ਕਰਕੇ ਉਹ ਲਗਭਗ 25 ਤੋਂ ਲੈ ਕੇ 30 ਵਿਦਿਆਰਥੀ ਜਿਹੜੇ ਆ ਉਹਨਾਂ ਨੇ ਕੰਟੀਨਿਊਸਲੀ ਜਿਹੜੀ ਆ 3.5 ਸਾਲ ਇਹ ਕਲਾਸਾਂ ਅਟੈਂਡ ਕੀਤੀਆਂ ਅਤੇ ਮੈਂ ਤਾਂ ਬੇਨਤੀ ਕਰਾਂਗਾ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਵੀ ਉਹ ਵੀ ਆ ਕੇ ਯੂਨੀਵਰਸਿਟੀ 'ਤੇ ਦੱਸਣ ਕਿ ਉਹਨਾਂ ਨੇ ਕੀ ਕੁਝ ਪ੍ਰਾਪਤ ਕੀਤਾ ਕਿਉਂਕਿ ਉਸ ਨਾਲ ਕੀ ਹੋਏਗਾ ਬਾਕੀਆਂ ਦੇ ਮਨਾਂ ਦੇ ਵਿੱਚ ਵੀ ਉਤਸ਼ਾਹ ਪੈਦਾ ਹੋਏਗਾ ਸੋ ਦਾਸ ਇੱਕ ਬੇਨਤੀ ਕਰਕੇ ਸਮਾਪਤੀ ਕਰੇਗਾ ਸਤਿਗੁਰੂ ਨੇ ਸਿੱਖ ਨੂੰ ਹਰ ਢੰਗ ਤੋਂ ਸੰਪੂਰਨ ਬਣਾਇਆ ਕਿਉਂਕਿ ਮੇਰਾ ਗੁਰੂ ਸਮਰੱਥ ਆ ਉਹ ਸੰਪੂਰਨ ਹੈ ਅਤੇ ਸਿੱਖ ਵੀ ਸੰਪੂਰਨ ਹੁੰਦਾ ਹੈ ਜਦੋਂ ਤੱਕ ਸਿੱਖ ਕਿਸੇ ਪਾਸੇ ਝਾਤ ਰੱਖਦਾ ਹੈ ਨਾ ਕਿ ਉਹ ਆ ਕੇ ਅਰਦਾਸ ਕਰੇਗਾ ਉਹ ਆ ਕੇ ਪਾਠ ਕਰੇਗਾ ਉਹ ਆ ਕੇ ਆਹ ਕੰਮ ਕਰੇਗਾ ਉਦੋਂ ਤੱਕ ਸਾਡਾ ਕੁਝ ਨਹੀਂ ਬਣਨਾ ਜਿੱਦਣ ਸਿੱਖ ਦੇ ਵਿੱਚ ਇਹ ਗੁਣ ਆ ਗਏ ਕਿ ਉਹ ਆਪਣੀ ਅਰਦਾਸ ਵੀ ਆਪਣੀ ਕਰੇ ਆਪਣਾ ਪਾਠ ਵੀ ਆਪਣੀ ਕਰੇ ਆਪਣੇ ਵਿਚਾਰ ਵੀ ਆਪਣੇ ਕਰੇ ਅਤੇ ਉਦੋਂ ਫਿਰ ਕੀ ਹੋਏਗਾ ਇਹਦੇ ਅੰਦਰ ਸੋਝੀ ਆਏਗੀ ਜਦੋਂ ਸੋਝੀ ਆ ਗਈ ਉਹਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਣੀ ਆ ਜਦੋਂ ਪਛਾਣ ਹੋ ਗਈ ਅਤੇ ਫਿਰ ਉਹਦਾ ਗੁਰੂ ਨਾਲ ਮਿਲਾਪ ਹੋ ਜਾਣਾ ਜਦੋਂ ਮਿਲਾਪ ਹੋ ਗਿਆ ਅਤੇ ਫਿਰ ਕੀ ਹੋਣਾ ਜਾ ਕੋ ਆਏ ਸੋਏ ਬਿਹਾਜਿਓ ਹਰ ਗੁਰ ਤੇ ਮਨ ਹਸੇਰਾ ਨਿਜ ਘਰ ਦਾ ਪਾਓ ਸੁਖ ਸਹਿਜੇ ਬਹੁਤ ਨਵੇਂ ਗੁਰੂ ਮੇਰਾ ਇੰਨੇ ਕੁ ਸ਼ਬਦ ਕਹਿੰਦਾ ਹੋਇਆ ਫਿਰ ਕਿਰਮਾਂ ਦਾ ਜਾ ਚੁੱਕਾਂ ਮੇਰੀਆਂ ਭੁੱਲਾਂ ਜਾਣ ਕੇ ਮੇਰੀ ਝੋਲ ਪਾ ਦਿਓ ਗੁਰੂ ਕੇ ਬਚਨਾਂ ਨੂੰ ਫਿਰ ਜਾ ਪਾਓ ਦਿੰਦੇ ਹੋਏ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਕਿਰਪਾਲਤਾ ਕਰਨੀ ਜੀ ਸੋ ਬਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨਾਂ ਨੇ ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ 3.5 ਸਾਲ ਇਸ ਅਸਥਾਨ 'ਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਗੁਰਬਾਣੀ ਦੇ ਸ਼ੁੱਧ ਵਿਚਾਰਾਂ ਇਤਿਹਾਸਿਕ ਵਿਚਾਰਾਂ ਦੁਆਰਾ ਸਾਂਝ ਪਾਈ ਹੈ ਸੋ ਇਹਨਾਂ ਨੇ ਸਾਡੀ ਜਿਹੜੀ ਭੁੱਲ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ ਉਹਦੇ ਵੱਲ ਸਾਡਾ ਧਿਆਨ ਵਿਸ਼ੇਸ਼ ਤੌਰ 'ਤੇ ਦਵਾਇਆ ਇਹਨਾਂ ਨੇ ਇੱਕ ਗੱਲ ਕਹੀ ਹੈ ਵੀ ਗੁਰਬਾਣੀ ਨੂੰ ਅਸ਼ੁੱਧ ਪੜ੍ਹਨਾ ਵੀ ਇੱਕ ਬੇਅਦਬੀ ਹੈ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਅਤਿ ਜ਼ਰੂਰਤ ਹੈ ਕਿਉਂਕਿ ਉਚਾਰਨ ਸ਼ੁੱਧ ਹੋਏਗਾ ਅਰਥ ਸ਼ੁੱਧ ਹੋਣਗੇ ਜੇ ਅਰਥ ਸ਼ੁੱਧ ਹੋਣਗੇ ਵਿਚਾਰ ਸ਼ੁੱਧ ਪ੍ਰਾਪਤ ਹੋਏਗੀ ਜਦੋਂ ਵਿਚਾਰ ਸ਼ੁੱਧ ਪ੍ਰਾਪਤ ਹੋਏਗੀ ਤਾਂ ਸਾਡਾ ਜਿਹੜਾ ਆਚਾਰ ਹੈ ਜਿਹਨੂੰ ਅਸੀਂ ਕਰੈਕਟਰ ਕਹਿੰਦੇ ਹਾਂ ਅਤੇ ਆਪਣੇ ਆਪ ਸ਼ੁੱਧ ਹੋ ਜਾਏਗਾ ਇਹ ਸਾਰਾ ਕੁਝ ਸ਼ੁੱਧ ਉਚਾਰਨ 'ਤੇ ਖੜ੍ਹਾ ਹੈ ਜੇ ਹੁਣ ਮੈਂ ਇੱਥੇ ਖੜ੍ਹਾ ਗਲਤ ਗੁਰਬਾਣੀ ਦਾ ਉਚਾਰਨ ਕਰੀ ਜਾਵਾਂ ਅਤੇ ਮੈਂ ਇਹ ਸਮਝਾਂ ਵੀ ਸੰਗਤ ਆਪਣੇ ਆਪ ਠੀਕ ਕਰ ਲਏਗੀ ਆਪਣੇ ਆਪ ਠੀਕ ਸਮਝ ਲਏਗੀ ਐਸਾ ਨਹੀਂ ਹੁੰਦਾ ਸੋ ਇਸ ਕਰਕੇ ਉਹ ਸ਼ੁੱਧ ਉਚਾਰਨ ਸਭ ਤੋਂ ਮੈਂ ਸਮਝਦਾ ਹਰ ਚੀਜ਼ ਦਾ ਮਹੱਤਵ ਜ਼ਰੂਰਤ ਹੈ
ਸੋ ਚੀਫ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਸਿੱਖਿਆਰਥੀਆਂ ਨੇ ਜਿਨ੍ਹਾਂ ਸੰਗਤਾਂ ਨੇ ਇਸ ਸਮੇਂ ਦੌਰਾਨ ਸੰਥਿਆ ਪ੍ਰਾਪਤ ਕੀਤੀ ਹੈ ਅਤੇ ਮੇਰੇ ਪਿੱਛੇ ਸੱਜਣ ਖੜ੍ਹੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਆਪਣਾ ਅਨੁਭਵ ਸੰਗਤਾਂ ਦੇ ਨਾਲ ਸਾਂਝਾ ਕਰਨ ਸਿਰਫ ਇੱਕ ਦੋ ਮਿੰਟ ਲਈ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਗੋਦਾਨ ਮੰਨ ਲਈ ਤਰੀਕ 3.5 ਸਾਲ ਦਾ ਸਮਾਂ ਜੋ ਹੈ ਸਤਿਗੁਰ ਨੇ ਗੁਰਬਾਣੀ ਸੰਥਿਆ ਦਾ ਜੋ ਯੋਜਨਾ ਚਲਾਇਆ ਹੈ ਉਹਦੇ ਵਿੱਚ 10 ਸਾਲ ਵੀ ਕੁਛ ਸਮਾਂ ਗੁਰੂ ਸੰਗਤ ਕਰਨ ਸੁਭਾਗ ਪ੍ਰਾਪਤ ਹੋਇਆ ਹੈ ਸੋ ਜਿਵੇਂ ਆਪਾਂ ਪੜ੍ਹਦੇ ਹਾਂ ਕਰਿਓ ਕਰੋ ਕਰੋ ਬੇਨਤੀ ਕਰੋ ਭਾਵ ਸਿੱਖਿਆ ਆਪਾਂ ਜਿਵੇਂ ਜਿਹੋ ਜਿਹਾ ਵੇਖੋ ਤੈਅ ਵੇਖੋ ਜਿਹਦਾ ਕਿ ਅਰਥ ਹੈ ਕੋਈ ਅਰਥ ਨਹੀਂ ਮੰਨ ਪਹਿਲਾਂ ਕਿ ਅਰਥ ਕੋਈ ਅਰਥ ਨਹੀਂ ਮੰਨਦਾ ਜਿਹੋ ਜਿਹਾ ਵੇਖੋ ਤਾਂ ਜ਼ਰੂਰ ਦੋਨੋਂ ਦਾ ਦੋਨਾਂ ਜਾਣ ਇੱਦਾਂ ਹੀ ਆਪਣਾ ਇਹ ਫੁੱਲ ਟਹਿਕਦਾ ਰਹੇ ਇੱਦਾਂ ਹੀ ਸਾਨੂੰ ਪਰਮ ਨਾਲ ਜੋੜਦੇ ਰਹਿਣ ਬਹੁਤ ਬਹੁਤ ਧੰਨਵਾਦ ਮੈਂ ਫਿਰ ਬੇਨਤੀ ਕਰਦਾ ਕਿ ਜੀਵ ਸਾਨੂੰ ਪਛੋੜਨ ਨਾਲ ਇਹਦੇ ਜੁੜੇ ਰਹੀਏ ਆਪਾਂ ਸਾਨੂੰ ਹੋਰ ਗੁਰਬਾਣੀ ਗਿਆਨ ਪ੍ਰਾਪਤ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਨੇ ਜਿਹੜਾ ਅਨੁਭਵ ਜੋ ਇਹਨਾਂ ਨੇ ਸਿੱਖਿਆ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਤੁਹਾਡੇ ਨਾਲ ਸਾਂਝਾ ਕੀਤਾ ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੈ ਅਸੀਂ ਲਾ ਲੈਂਦੇ ਹਾਂ ਪਰ ਉਹਦੀ ਉੱਡ ਆਊਟਪੁੱਟ ਕੀ ਹੈ ਉਹਦੀ ਪ੍ਰਾਪਤੀ ਸਾਨੂੰ ਕੀ ਹੋਈ ਅਤੇ ਉਹ ਉਹਦੇ ਵੱਲ ਅਸੀਂ ਘੱਟ ਧਿਆਨ ਦਿੰਦੇ ਹਾਂ ਸੋ ਇਹਨਾਂ ਦਾ ਧੰਨਵਾਦ ਸੋ ਹੁਣ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਉਹ ਪਾਠ ਕਰਨ ਇਸ ਤੋਂ ਬਾਅਦ ਅਰਦਾਸ ਹੋਵੇਗੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਵੀ ਸਾਰੀਆਂ ਸੰਗਤਾਂ ਨੂੰ ਬਾਣੀ ਦੇ ਜੋੜਨਾ ਸ਼ੁੱਧ ਬਾਣੀ ਪੜ੍ਹਨ ਦੇ ਵਿੱਚ ਬਾਬਾ ਜੀ ਨੇ ਦੱਸਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਅਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਪਾਠ ਕਰੀਏ ਰਾਮ ਕਲੇ ਸ਼ਬਦ ਸੋਹਣੀ ਸੱਚੀ ਬਾਣੀ ਸੰਤ ਸਾਜਨ ਕਰੇ ਸਾਰੇ
ਚਰਨਾਂ ਕਮਲਾਂ ਪਾਸ ਅਰਦਾਸ ਹੈ ਸਤਿਗੁਰੂ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਰਹਿਮਤ ਦਾ ਸਦਕਾ ਆਪ ਜੀ ਵੱਲੋਂ ਬਖਸ਼ੇ ਹੋਏ ਉਦਮਾਂ ਦਾ ਸਦਕਾ ਗੁਰਬਾਣੀ ਸੰਥਾ ਸੁਸਾਇਟੀ ਨੇ ਸਤਿਗੁਰੂ ਜੀਓ ਮੁੰਨਾ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਹੁੰਦੇ ਸਨ ਸਤਿਗੁਰੂ ਜੀਓ ਆਪ ਜੀ ਦੀ ਅਪਾਰ ਰਹਿਮਤ ਹੋਈ ਹੈ ਆਪ ਜੀ ਦੀ ਦੁਕਾਨਾਂ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪੜ੍ਹੇ ਗਏ ਹਨ ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ ਗੁਰਮਤ ਵਿਚਾਰਾਂ ਹੋਈਆਂ ਹਨ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਜਾਪ ਹੋਏ ਹਨ ਬੱਚਿਆਂ ਨੇ ਕਵਿਤਾ ਅਤੇ ਕਵਿਸ਼ਰੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਤਿਗੁਰੂ ਜੀਓ ਸੰਥਾ ਸਮਾਗਮ ਦੌਰਾਨ ਵਿਦਵਾਨ ਸੱਜਣਾਂ ਨੇ ਸੰਤਾਂ ਦੇ ਨਾਲ ਰਲ ਮਿਲ ਕਰਕੇ ਗੁਰਬਾਣੀ ਦੇ ਪਾਠ ਪਠਨ ਕੀਤੇ ਹਨ ਗੁਰਮਤ ਵਿਚਾਰਾਂ ਕੀਤੀਆਂ ਹਨ ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਿਮਾ ਕਰਦੀਆਂ ਜੀ ਅੱਗੇ ਵਾਸਤੇ ਸ਼ੁੱਧ ਰੂਪ ਦੇ ਵਿੱਚ ਗੁਰਬਾਣੀ ਪਾਠ ਪਠਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਕੇ ਕਿਰਦਾਰ ਕਰਨਾ ਬੜੀ ਸੁਣੀ ਬਾਣੀ ਦਾ ਭਾਵ ਗੁਰਮਤ ਵਿਚਾਰਾਂ ਦਾ ਭਾਵ ਸੰਗਤਾਂ ਦਿਆਂ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦਾ ਬਲ ਉਦਮ ਬਖਸ਼ਿਸ਼ ਕਰਕੇ ਕਿਰਦਾਰ ਕਰਨਾ ਦਿਲ ਫੁੱਲ ਬਿਠਾਵਾਂ ਅਤੇ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਕਦਮ ਕਦਮ ਲੇਖੇ ਲਾਉਣਾ ਆਪਣੇ ਚਰਨਾਂ ਕਮਲਾਂ ਨਾਲ ਸੱਚਾ ਪਿਆਰ ਸੱਚੀ ਸ਼ਰਧਾ ਬਖਸ਼ਿਸ਼ ਕਰਕੇ ਕਿਰਦਾਰ ਕਰਨਾ ਸਤਿਗੁਰੂ ਜੀਓ ਇਹਨਾਂ ਹੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਬੰਧਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਜੋ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਆਪ ਜੀ ਨੇ ਆਪਣੇ ਸੇਵਕਾਂ ਦੇ ਜਿਹੜੇ ਕਾਰਜ ਹਨ ਉਹ ਨਿਰਵਿਘਨ ਸੰਪੂਰਨ ਕੀਤੇ ਹਨ ਆਪ ਜੀ ਦੇ ਚਰਨਾਂ ਪਾਸ ਅਰਦਾਸ ਹੈ ਕਿ ਇਸੇ ਤਰੀਕੇ ਦੇ ਨਾਲ
ਸਰਦਾਰ ਦਵਿੰਦਰ ਸਿੰਘ ਜੀ ਚੀਫ ਸਾਹਿਬ ਨੂੰ, ਮਾਸਟਰ ਜਸਵਿੰਦਰ ਸਿੰਘ ਜੀ ਅਤੇ ਜਿੰਨੇ ਵੀ ਪ੍ਰਬੰਧਕ ਹਨ, ਸੰਥਾ ਸੁਸਾਇਟੀ ਦੇ ਮੈਂਬਰ ਹਨ, ਸੰਗਤਾਂ ਨੂੰ ਇਸੇ ਤਰੀਕੇ ਦੇ ਨਾਲ ਇਹ ਸ਼ੁੱਧ ਉਚਾਰਨ ਦੇ ਜਿਹੜੇ ਉਪਰਾਲੇ ਹਨ ਇਹ ਜਾਰੀ ਰੱਖਣ ਦੇ ਬਲ ਹੁਕਮ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਕਿਰਪਾ ਕਰੋ, ਆਪਣਾ ਇਲਾਹੀ ਪ੍ਰਮਾਣ ਸੰਗਤਾਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੰਧਲੇ ਕਾਰਜ ਰਾਸ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ। ਸ਼ਬਦ ਹੋਏ
मन दे मारिया ठाक रहे मन साचे तारिया अवना सुझे गुरु को नानक नाम रते निस्तारे शब्द हुए मन मन ते मारिया ठाक रहे मन साचे तारे गुरु को बारिया नानक नाम रते निस्तारिया वाहिगुरु जी का खालसा वाहिगुरु जी की फतेह। जिन्होंने अपार बख्शिश करके अपने सेवकों के कारज निर्विघन संपूर्ण किए हैं, सो हुण मैं बेनती करांगा कुछ सम्मान करने हैं। सो मैं चाहांगा समय की बचत करदिया होया कुछ बच्चों ने जिस तरह अरदास कंठ करके सुनाई है ते उन्होंने बच्चों के मैं नाम बोलांगा जिन्हों का सन्मान होना है। अंशप्रीत कौर, अंचलप्रीत कौर, सुरलीन कौर, गुरप्रीत कौर, गुरशान सिंह, सहजप्रीत कौर, मनरीत कौर, राजप्रीत कौर, ये सारे बच्चे जल्दी जल्दी इतने लाइन बना के आ जाए ताकि एक ही बार प्रबंधक सज्जन इन्हों का सन्मान कर सकन। महाराज ऐदा महाराज को सन उपर आ के महाराज वाल मुखारबिंद करके मूँह करके इतने लाइन बना लो जी। हाँ खड़ाओ जी बच्चों ते प्रबंधक सज्जन। हाँ लाइन चालो। हाँ हाँ चलो दो सम्मान देना। लाइन लाइन बनाओ पहला एक मिनट लाइन बनाओ लाइन मूहरे आओ लाइन बना के इन्हें मूहरे आओ जी। हाँ जी बच्चे घट आए हैं तो कुछ मैं नाम होर बोले हैं उन्होंने बच्चों भी बेनती है वो भी आ जा स्टेज पर आ जा। हाँ जी चलो चलो ठीक है। तो हम मैं बेनती करांगा साढ़े बहुत ही सत्कार योग सरदार दविंदर सिंह जी चीफ साहब जिन्होंने ये महान सेवा निभाई है साढ़े तीन साल। सो प्रबंधक सज्जणा नूं मैं बेनती करांगा कि वह चीफ साहब का सन्मान करन। एक मिनट पहले चीज पता करना आहो कट्ठे मेन मेन सारे सारे पाने चलो फोटो बाद च बाहर करा लियो। हाँ तो जिन्हें का सकते हैं जिन्हें का सकते हैं जी जिन्हें सज्जणा ने संथ्या की है तो बीबिया भी आ जाओ कुछ ताकि शमूलियत हो जाएगी बाद ची स्नैप बाहर जाके करा लियो क्योंकि महाराज की हजूरी के सत्कार का भी ध्यान रखना होंगे ज्यादा गैदरिंग फिर वो सन्मान जोड़ा कई बार नहीं रहता बीबिया आ जाओ। हाँ जी चीफ साहब का रूप के गुरु की बख्शिश प्राप्त की है सो सम्मान कर रहे हैं मास्टर जसविंदर सिंह के मीट पर प्रबंधक सज्जन संतान पहचान करने की लोड़
ਪਛਾਣ ਕਰਦਾ ਹੈ। ਸੋ ਪਹਿਲਾਂ ਵੀ ਉਹ ਸਮਰਪਣ ਦੇ ਕੇ ਸੇਵਾ ਕਰਦੇ ਹਨ, ਪਰ ਜਦੋਂ ਸਮਾਨ ਜਿਹੜਾ ਹੈ ਕੀਤਾ ਗਿਆ ਕਰੋ ਹਾਜੀ ਹੋਰ ਸਮਾਨ ਜਿਸਨੇ ਵੀ ਕਰਨਾ
ਕੀਤਾ ਇਹਨੇ ਕਿ ਦਿਨਾਂ 'ਚ ਦੋ ਪ੍ਰੋਗਰਾਮ ਪਰ ਇਹ ਤੰਗੀ ਮਹਿਸੂਸ ਨਹੀਂ ਕੀਤੀ। ਵਾਹਿਗੁਰੂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਪਿੰਡ ਨੂੰ ਆਲੇ ਦੁਆਲੇ ਸਾਡੇ ਇਲਾਕੇ ਨੂੰ ਸਾਡੇ ਬੱਚਿਆਂ ਨੂੰ ਚਿੱਟੇ ਦੇ ਬਾਜਾਂ ਨੂੰ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਸਾਰੇ ਜਿਹੜੇ ਜੋੜੇ ਪ੍ਰੋਗਰਾਮ 'ਚ ਬਹੁਤ ਉਣਤਾਈਆਂ ਪ੍ਰਬੰਧਾਂ 'ਚ ਹੋਈਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਪਿਆਰੀਆਂ ਸੰਗਤਾਂ ਸਾਨੂੰ ਬਖਸ਼ ਦੇਣ। ਪ੍ਰੋਗਰਾਮ ਤਕੜੇ ਹੋ ਕੇ ਕਰੀ ਗਏ, ਸਾਹ ਦਾ ਪਤਾ ਕੋਈ ਨਹੀਂ, ਬੰਦਾ ਪ੍ਰਸ਼ਾਦਾ ਛਕਦਾ ਸੀ ਗ੍ਰਾਹੀ ਮੂੰਹ 'ਚ ਪਾਈ ਹੋਈ ਅੰਦਰ ਨਹੀਂ ਗਈ, ਹੱਥ ਦੇ ਨਾਲ ਬਾਹਰ ਕੱਢਣੀ ਪਈ। ਇਸ ਕਰਕੇ ਕੋਈ ਸਵਾਸਣ ਦੀ ਗਲਤੀ ਨਹੀਂ। ਆਓ ਆਪਣੇ ਸਤਿਗੁਰ ਕੋਲੋਂ ਇਹ ਦਾਤਾ ਪ੍ਰਾਪਤ ਕਰੀਏ। ਅਸੀਂ ਗੁਰੂ ਭਾਗ ਸਿੰਘ ਜੀ ਜਿਹੜੇ ਸਾਡੇ ਥੰਮ ਨੇ ਦੇ ਨਾਲ ਬਹੁਤ ਦੂਰ ਤੇ ਪਹੁੰਚੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਹੋ ਗਏ ਥੋੜ੍ਹੇ ਲੇਟ ਪਰ ਚ ਕੋਈ ਨਹੀਂ, ਜੋ ਵਾਹਿਗੁਰੂ ਜੀ ਨੂੰ ਠੀਕ ਲੱਗਦਾ। ਸੋ ਆਓ ਜਿਹਨਾਂ ਨੇ ਸੰਗਤਾਂ ਲਈ ਸਾਰੇ ਜਿਹੜੇ ਆਓ ਚਲੋ ਆ।
ਭਾਈ ਸ਼ਿਵਾਰਾ ਸਿੰਘ ਜੀ ਸ਼ਿਵਾਰਾ ਸਿੰਘ ਜੀ ਬਾਬਾ ਜੀ ਭਾਈ ਜਗਨ ਸਿੰਘ ਜੀ ਬਾਬਾ ਜੀ ਆਓ ਬਾਬਾ ਜੀ ਜਗਨ ਸਿੰਘ ਬੋਲੇ ਸੋਨਿਆਰ ਭਾਈ ਜਸਵੰਤ ਸਿੰਘ ਜੀ ਬੋਲੇ ਸੋਨਿਆਰ ਭਾਈ ਤਾਂ ਕਿੰਨੀ ਮਿੰਟ ਹੋ ਗਿਆ ਭਾਈ ਕਸ਼ਮੀਰ ਸਿੰਘ ਜੀ ਮਾਸੀ ਜੀ ਸਾਰੇ ਇਕੱਠੇ ਹੋ ਦਿਓ ਜੀ ਅਸੀਂ ਸਿੱਖਿਆ ਵੀ ਆਉਂਦੇ ਭਾਈ ਨਾਥ ਸਿੰਘ ਜੀ ਮੀਰ ਭਾਈ ਹਰਮਨ ਸਿੰਘ ਜੀ ਪਿੰਡ ਭਾਈ ਸਰਪਣ ਸਿੰਘ ਜੀ ਪਿੰਡ ਭਾਈ ਦਰਬਾਰ ਸਿੰਘ ਜੀ ਕੌਣ ਭਾਈ ਕਸ਼ਮੀਰ ਸਿੰਘ ਜੀ ਪਿੰਡ ਮੋਹਾਪੁਰ ਬੋਲੇ ਸੋਨਿਆਰ ਬੀਬੀ ਪਰਮਜੀਤ ਕੌਰ ਜੀ ਬਿਲਪੁਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਨੂੰ ਮੰਨਿਆ ਉਹਨਾਂ ਦਾ ਸਤਿਕਾਰ ਕੀਤਾ ਜਾਣਾ ਤੇ ਬੋਲੇ ਸੋਨਿਆਰ
ਬਣਾਈ ਸੋਨਿਹਾਲ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਨਗਰ ਸਾਰੇ ਮੁੰਡਿਆਂ ਦਾ ਜਿਹੜੀਆਂ ਸੰਗਤਾਂ ਵੱਖ ਵੱਖ ਪਿੰਡਾਂ 'ਤੇ ਆਈਆਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਕੋਲ ਬਹੁਤ ਗਲਤੀਆਂ ਹੋਈਆਂ ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਅਤੇ ਪਹਿਲੀ ਵਾਰ ਮੇਰੀ ਭੈਣ ਤਰਦੀਪ ਕੌਰ ਜੀ ਆਏ ਬਹੁਤ ਉਹਨਾਂ ਧੰਨਵਾਦ ਹੈ ਹੁਣ ਸੰਥਿਆ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਆਰੰਭ ਹੋ ਗਈ ਆਪਾਂ ਇੱਧਰ ਨੂੰ ਧਿਆਨ ਵੀ ਦੇਈਏ ਅਤੇ ਉਹ ਮੋਰਚੇ ਨੇ ਵੀ ਆਪਾਂ ਪਰ ਇੱਧਰ ਯੋਗਤਾ ਚੱਕਣੀ ਕਿਰਪਾ ਕਰਕੇ ਅੱਗੇ ਪਿੱਛੇ ਕਰਨ ਦੀ ਕਿਰਪਾਲਤਾ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।